ਦਖਾਲਸ ਟੀਵੀ ਦੇਖ ਰਹੇ ਹੋ ਮੈਂ ਰਾਹੁਲ ਕਲਾ ਤੇ ਦੁਪਹਿਰ 2 ਵਜੇ ਦੀਆਂ ਖਾਸ ਖਬਰਾਂ ਲੈ ਕੇ ਹਾਜ਼ਰ ਹੋਇਆ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਸਰਕਾਰ ਦੇ ਵੱਡੇ ਮੰਤਰੀ ਤੇ ਵੱਡੇ ਚਿਹਰੇ ਹੁਣ ਰੈਡਾਰ ਤੇ ਆਏ ਐ ਇਹ ਗ੍ਰਿਫਤਾਰ ਹੋ ਸਕਦੇ ਐ ਇੱਕ ਹਦਸ਼ਾ ਮંત્રી ਆਤੀਸ਼ੀ ਨੇ ਜ਼ਾਹਰ ਕੀਤਾ ਉਹਨਾਂ ਨੇ ਕਿਹਾ ਕਿ ਮੇਰੇ ਇੱਕ ਨਜ਼ਦੀਕੀ ਮਿੱਤਰ ਨੇ ਭਾਜਪਾ ਦੀ ਤਰਫੋਂ ਮੇਰੇ ਨਾਲ ਸੰਪਰਕ ਕੀਤਾ ਅਤੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਲਈ ਜ਼ੋਰ ਲਗਾਇਆ ਉਹਨਾਂ ਨੇ ਕਿਹਾ ਕਿ ਜੇ ਭਾਜਪਾ ਦੇ ਜੋਇਨ ਨਹੀਂ ਕਰਦੇ ਤਾਂ ਅਗਲੇ 1 ਮਹੀਨੇ ਦੇ ਅੰਦਰ ED ਮੇਰੇ ਘਰ ਛਾਪੇਮਾਰੀ ਕਰੇਗੀ ਤੇ ਮੈਨੂੰ ਗ੍ਰਿਫਤਾਰ ਕਰ ਸਕਦੀ ਹੈ BJP ਅਗਲੇ 2 ਮਹੀਨਿਆਂ ਦੇ ਅੰਦਰ ਮੈਨੂੰ ਸੌਰਵ ਪਰਦਵਾਜ, ਰਾਗਵ ਚੱਡਾ ਤੇ ਦੁਰਗੇਸ਼ ਪਾਠਕ ਨੂੰ ਗ੍ਰਿਫਤਾਰ ਕਰ ਸਕਦੀ ਹੈ ਭਾਰਤੀ ਜਨਤਾ ਪਾਰਟੀ ਨੇ ਮੇਰੇ ਇੱਕ ਬਹੁਤ व्यक्तिगत करीबी व्यक्ति के माध्यम से मुझे भारतीय जनता पार्टी ज्वाइन करने के लिए अप्रोच किया मुझे ये कहा गया कि या तो मैं भारतीय जनता पार्टी ज्वाइन कर लूं अपना पॉलिटिकल करियर बचा लूं अपना पॉलिटिकल करियर बढ़ा लूं और अगर भारतीय जनता पार्टी नहीं ज्वाइन करी तो आने वाले एक महीने में ईडी द्वारा मुझे गिरफ्तार कर लिया जाएगा ये एक मेरे बहुत करीबी व्यक्ति के माध्यम से मुझे बताया गया उन्होंने कहा कि प्रधानमंत्री नरेंद्र मोदी जी और भारतीय जनता पार्टी ने अपना मन बना लिया है कि आम आदमी पार्टी को और उसके सभी नेताओं को ਅਬੂਬ ਕੋਚਲਨਾ ਚਾਹਤੇ ਹਨ ਖਤਮ ਕਰਨਾ ਚਾਹਤੇ ਹਨ ਲੋਕ ਸਭਾ ਦੀਆਂ ਚੋਣਾਂ ਦਾ ਬਿਲਕੁਲ ਵੱਜਨ ਉਪਰੰਤ ਸਾਰੀਆਂ ਹੀ ਸਿਆਸੀ ਪਾਰਟੀਆਂ ਪੱਬਾਪਾਰ ਹੋ ਗਈਆਂ ਨੇ ਇਸੇ ਤਹਿਤ ਅੱਜ ਹਲਕਾ ਖਡੂਰ ਸਹਿਬ ਤੋਂ ਸਾਬਕਾ ਕਾਂਗਰਸ ਕਾਂਗਰਸੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ ਵੱਲੋਂ ਜਿੰਡਿਆਲਾ ਗੁਰੂ ਵਿਖੇ ਇੱਕ ਯੂਥ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਲਕੇ ਦੇ ਨੌਜਵਾਨਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਹੈ ਇਸ ਮੌਕੇ ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ ਨੇ ਕਿਹਾ ਕਿ ਸਾਡੇ ਨੌਜਵਾਨ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਠੱਗਿਆ ਮਹਿਸੂਸ ਕਰਦੇ ਨੇ ਉਹਨਾਂ ਨੇ ਕਿਹਾ ਕਿ ਜਿੱਧਰ ਨੂੰ ਨੌਜਵਾਨ ਚਲਪੈਣ ਉਧਰ ਹੀ ਸਰਕਾਰ ਬਣ ਜਾਂਦੀ ਹੈ ਜੇ ਕੇਂਦਰ ਦੇ ਵਿੱਚ ਬੀਜੇਪੀ ਦੀ ਬਣੀ ਹੈ ਤਾਂ ਨੌਜਵਾਨਾ ਕਰਕੇ ਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਬਣੀ ਹੈ ਤਾਂ ਇਨਾ ਕਰਕੇ ਹੀ ਬਣੀ ਹੈ ਜੇਕਰ ਨਵੀਂ ਸਰਕਾਰ ਬਣਨੀ ਹੈ ਤਾਂ ਉਹ ਵੀ ਨੌਜਵਾਨਾ ਕਰਕੇ ਹੀ ਬਣੇਗੇ ਉਹਨਾਂ ਨੇ ਦਲ ਬਦਲੂਆਂ ਬਾਰੇ ਵੱਡੀ ਗੱਲ ਕੀਤੀ ਉਹਨੇ ਕਿਹਾ ਕਿ ਇਹਨਾਂ ਦਲ ਬਦਲੂਆ ਨੂੰ ਮੂੰਹ ਨਹੀਂ ਲਾਣਾ ਚਾਹੀਦਾ ਕਿਉਂਕਿ ਜੇਕਰ ਇਹ ਆਪਣੀ ਪਾਰਟੀ ਦੇ ਨਹੀਂ ਹੋਏ ਤਾਂ ਕਿਸੇ ਹੋਰ ਦੇ ਕਿਵੇਂ ਹੋ ਸਕਦੇ ਆ ਦਾਵਾ ਜਿਹੜਾ ਐਮਪੀ ਤੇ ਐਮਐਲਏ ਦੀ ਹਿਬਤ ਤਾਂ ਗਾਜ਼ੀ ਹੋਰ ਵੀ ਕਰਕੇ ਲਏ ਜਿਹੜੇ ਲੋਕ ਦਲ ਬਦਲੂ ਜਿਹੜੇ ਕਾਫੀ ਜਣੇ ਮੈਂ ਸਮਝਦਾ ਮਾਜੀ ਕੋਈ ਵੀ ਦਲ ਬਦਲੂ ਹੋਵੇ ਸਰਕਾਰ ਲੋਕਾਂ ਨੂੰ ਉਹਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਦਲ ਬਦਲੂ ਜਿਹੜਾ ਕਿਸੇ ਦਾ ਨਹੀਂਗਾ ਉਹ ਲੋਕਾਂ ਦਾ ਵੀ ਜਿਹੜਾ ਇੰਡੀਆ ਦਾਟ ਜੋੜ ਵਿੱਚ ਚੱਜ ਰੈਲੀ ਹੋ ਰਹੀ ਤੇਲੀ ਉਹਨੂੰ ਕਿਸ ਤਰ੍ਹਾਂ ਵੇਦੇ ਬਹੁਤ ਜ਼ਬਰਦਸਤ ਰੈਲੀ ਹੋਈ ਅੱਜ ਮੈਂ ਤਾਂ ਸੁਣ ਕੇ ਹੈਰਾਨ ਆ ਉਹਦੀਆਂ ਮੈਂ ਤਸਵੀਰਾਂ ਵੇਖੀਆਂ ਬਹੁਤ ਜ਼ਬਰਦਸਤ ਰੈਲੀ ਹੋਈ ਏ ਮੋਦੀ ਸਰਕਾਰ ਦੇ ਖਾਤਮੇ ਦੀ ਸ਼ੁਰੂਆਤ ਤਾਂ ਧੰ ਸਰ ਜਿਸ ਤਰ੍ਹਾਂ ਤੁਹਾਨੂੰ ਟਿਕਟ ਇਥੋਂ ਹਲਕੇ ਤੋਂ ਮਿਲ ਜਾਂਦੀ ਤੁਸੀਂ ਕਿਹੋ ਜਿਹਾ ਕੰਮ ਕਰੋਗੇ? ਹਾਂਜੀ ਪਰ ਤੱਕ ਦੂ ਪਰਮਾਨੰਦ ਦੀ ਲੋੜ ਨਹੀਂ ਇੱਕ ਇਮਾਨਦਾਰੀ ਨਾਲ ਮੈਂ ਕੰਮ ਕੀਤਾ ਜੰਦਕੋਲ ਡੀਟਰ ਹੋਣੇ ਜਨਾਂ ਦੇ ਉੱਤੇ ਕਦੀ ਕੋਈ ਪੈਸੇ ਦਾ ਇਲਜ਼ਾਮ ਨਹੀਂ ਲੱਗਾ ਉਹਨਾਂ ਚ ਇੱਕ ਇਮਾਨਦਾਰੀ ਨਾਲ ਅੱਗੇ ਵੀ ਕੀਤਾ ਤੇ ਕਰ। ਭਾਜਪਾ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਦਿਨੇਸ਼ ਬੱਬੂ ਨੂੰ ਆਪਣਾ ਉਮੀਦਵਾਰ ਬਣਾਇਆ ਹੋਇਆ। ਇਸ ਤੋਂ ਬਾਅਦ ਅਦਾਕਾਰਾ ਤੇ ਸਾਬਕਾ ਐਮਪੀ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਵੀ ਸਾਹਮਣੇ ਆਇਆ। ਕਵਿਤਾ ਖੰਨਾ ਨੇ ਕਿਹਾ ਕਿ ਜੋ ਸਰਵੇ ਕਰਵਾਇਆ ਗਿਆ ਉਸ ਦੇ ਮੁਤਾਬਕ ਗੁਰਦਾਸਪੁਰ ਦੇ 80% ਲੋਕ ਚਾਹੁੰਦੇ ਹੈ ਕਿ ਉਹ ਚੋਣ ਮੈਦਾਨ ਦੇ ਵਿੱਚ ਆਉਣ ਕਵਿਤਾ ਖੰਨਾ ਨੇ ਕਿਹਾ ਕਿ ਮੈਂ ਹੱਲੇ ਸਾਫ ਨਹੀਂ ਕੀਤਾ ਕਿ ਕਿਸੇ ਪਾਰਟੀ ਦੇ ਨਾਲ ਮਿਲ ਕੇ ਗੁਰਦਾਸਪੁਰ ਤੋਂ ਚੋਣ ਲੜਨੀ ਹੈ ਜਾਂ ਆਜ਼ਾਦ ਖੜੇ ਹੋ ਕੇ ਚੋਣ ਮੈਦਾਨ ਦੇ ਵਿੱਚ ਨਿਤਰਨਾ ਹੈ ਪਰ ਸਾਫ ਹੈ ਕਿ ਇਸ ਵਾਰ ਦੀਆਂ ਚੋਣਾਂ ਉਹ ਜ਼ਰੂਰ ਲੜਨਗੇ ਵਿਨੋਦ ਖੰਨਾ ਭਾਜਪੀ ਦੀ ਤਰਫੋਂ ਗੁਰਦਾਸਪੁਰ ਤੋਂ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹੈ ਇਸ ਤੋਂ ਇਲਾਵਾ 2000 ਬਾਈਚ ਉਹਨਾਂ ਨੂੰ ਕੇਂਦਰੀ ਸੱਭਿਆਚਾਰ ਅਤੇ ਸੈਰਸਪਾਟਾ ਮੰਤਰੀ ਵੀ ਬਣਾਇਆ ਗਿਆ ਸੀ ਇਸ ਤੋਂ 6 ਮਹੀਨੇ ਬਾਅਦ ਫਿਰ ਉਹਨਾਂ ਨੂੰ ਵਿਦੇਸ਼ ਮਾਮਲਿਆਂ ਦੇ ਬਹੁਤ ਹੀ ਮਹੱਤਵਪੂਰਨ ਮੰਤਰਾਲੇ ਦੇ ਵਿੱਚ ਰਾਜ ਮੰਤਰੀ ਬਣਾਇਆ ਗਿਆ ਸੀ ਯਹਾਂ ਆਏ ਗੁਰਤਾਸਪੁਰ ਮੇ ਲੋਕੋ ਨੇ ਹਮੇ ਇਤਨਾ ਪਿਆਰ ਦਿਆ ਹੈ ਵਿਨੋਜੀ ਕੋ 17 ਸਾਲ ਔਰ ਮੁਝੇ ਅਬ 26 ਸਾਲ ਹੋਏ ਯਹਾਂ ਗੁਰਤਾਸਪੁਰ ਮੇ ਲੋਕੋ ਨੇ ਪਿਆਰ ਹੀ ਪਿਆਰ ਦਿਆ ਹੈ ਵਿਨੋਜੀ ਕੇ ਜਾਣੇ ਕੇ ਬਾਦ ਯਹਾਂ ਕੇ ਲੋਗ ਮੇਰਾ ਪਰਿਵਾਰ ਬਣ ਚੁਕੇ ਹੈ मैं ने यहाँ कविता और विनोद खन्ना फाउंडेशन स्थापित किया और गांव-गांव में जाकर हम काम कर रहे हैं बच्चों के फ्यूचर के लिए और हमारा धर्म भी कहता है कि हमें सेवा करनी चाहिए और मैं इतना कहना चाहती हूँ कि पॉलिटिक्स से जो प्लेटफॉर्म आपको पॉलिटिक्स में मिलता है सेवा करने के लिए वो कहीं और नहीं मिलता है और मैंने निश्चय किया है कि मैं जिस तरह से विनोद जी ने लोगों की सेवा की उसी तरह मैं करती रहूंगी और करने वाली हूँ अभी मैंने ये कोई निर्णय लिया नहीं है लेकिन मैं इतना जानती हूँ कि पार्टियाँ सब समझदार हैं वो उनको पता है के सर्वेज में लगभग सत्तर ऐसे अस्सी प्रतिशत लोगों ने चाहा कि मैं उनकी मेंबर ऑफ पार्लियामेंट बनूं तो ये सभी जानते हैं और अभी मैं कहाँ जाऊँगी इंडिपेंडेंट लड़ूंगी या कैसे करूँगी मैंने कोई निर्णय नहीं लिया है ये मान के चलो कि मुझे सेवा करनी है गुरदासपुर की ਔਰ ਮੈਂ ਸੇਵਾ ਕਰੂੰਗੀ ਕਿਸੇ ਵੀ ਹਾਲ 'ਚ। ਭਾਜਪਾ ਦੇ ਨਾਲ ਘਰਜੋੜ ਸੀਰੇ ਨਾ ਚੜਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਇਕੱਲਿਆਂ ਹੀ ਲੋਕ ਸਭਾ ਦੀਆਂ ਚੋਣਾਂ ਲੜ ਰਹੀ ਹੈ। ਪਾਰਟੀ ਪ੍ਰਧਾਨ ਸੁਖਵਿੰਦਰ ਸਿੰਘ ਬਾਦਲ ਨੇ ਉਮੀਦਵਾਰਾਂ ਦਾ ਫੈਸਲਾ ਕਰਨ ਦੇ ਲਈ ਲਗਾਤਾਰ ਦੂਸਰੇ ਦਿਨ ਅੱਜ ਵੀ ਚੰਡੀਗੜ੍ਹ ਦੇ ਵਿੱਚ ਇੱਕ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ। ਇਸ ਦੇ ਵਿੱਚ ਬਾਦਲ ਪਾਰਟੀ ਲੀਡਰਾਂ ਸ਼੍ਰੋਣੀ ਕਮੇਟੀ ਮੈਂਬਰਾਂ ਸਥਾਨਕ ਇੰਚਾਰਜਾਂ ਤੇ ਮੁਖੀਆਂ ਦੇ ਨਾਲ ਮੀਟਿੰਗ ਕਰ ਰਹੇ ਨੇ ਬੈਠਕ ਦੇ ਵਿੱਚ ਕਰੀਬ 7 ਸੀਟਾਂ ਤੇ ਮੰਥਨ ਹੈ ਉਮੀਦ ਹੈ ਕਿ ਅਕਲ ਦਲ ਇਸ ਹਫਤੇ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਪਹਿਲੀ ਕਰ ਸਕਦੀ ਹੈ ਹਾਲਾਂਕਿ ਸੁਖਵੀਰ ਬਾਦਲ ਕਹਿ ਚੁੱਕੇ ਹੈ ਕਿ ਉਹ ਇਸ ਵਾਰ ਆਪਣੀ ਚੋਣਾ ਉਹ ਆਪ ਇਸ ਵਾਰ ਚੋਣਾਂ ਨਹੀਂ ਲੜਨਗੇ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਤੇ ਹੁਸ਼ਿਆਰਪੁਰ ਦੇ ਚੱਬੇਵਾਲ ਤੋਂ ਕਾਂਗਰਸੀ ਵਿਧਾਇਕ ਰਾਜਕੁਮਾਰ ਚੱਬੇਵਾਲ ਦੇ ਅਸਤੀਫੇ ਹਲੇ ਤੱਕ ਪ੍ਰਵਾਨ ਨਹੀਂ ਕੀਤੇ ਗਏ ਅੰਗੁਰਾਲ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਜਾਂਦੇ ਨੇ ਜਦਕਿ ਡਾਕਟਰ ਰਾਜਕੁਮਾਰ ਚੱਬੇਵਾਲ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਚਲੇ ਜਾਂਦੇ ਆ ਅੰਗੁਰਾਲ ਅਤੇ ਡਾਕਟਰ ਰਾਜਕੁਮਾਰ ਨੇ ਪਾਰਟੀਆਂ ਬਦਲਣ ਤੋਂ ਪਹਿਲਾਂ ਆਪਣੇ ਅਸਤੀਫੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਭੇਜ ਦਿੱਤੇ ਨੇ ਨਿਯਮਾਂ ਦੇ ਅਨੁਸਾਰ ਅਜਿਹੇ ਹਾਲਾਤਾਂ ਦੇ ਵਿੱਚ ਹਰੇਕ ਵਿਧਾਇਕ ਵੱਲੋਂ ਦਿੱਤੇ ਅਸਤੀਫਿਆਂ ਦੀ ਵਕਾਇਦਾ ਪੜਤਾਲ ਕੀਤੀ ਜਾਂਦੀ ਹੈ ਅਸਤੀਫਾ ਪ੍ਰਵਾਨ ਕਰਨ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੀ ਰਾਏ ਵੀ ਲਈ ਜਾਂਦੀ ਹੈ ਜੇਕਰ ਦੋਵਾਂ ਦੇ ਯਾਨਕੀ ਦੋਵਾਂ ਵਿਧਾਇਕਾਂ ਦੇ ਅਸਤੀਫੇ ਪ੍ਰਵਾਨ ਹੋ ਜਾਂਦੇ ਹਨ ਤੇ ਲੋਕ ਸਭਾ ਚੋਣਾਂ ਦੇ ਨਾਲ-ਨਾਲ ਵਿਧਾਇਕਾਂ ਦੀਆਂ ਖਾਲੀ ਪਈਆਂ ਦੋਵਾਂ ਸੀਟਾਂ ਤੇ ਵੀ ਜ਼ਿਮਨੀ ਚੋਣ ਹੋ ਸਕਦੀਆਂ ਨੇ ਕੇਂਦਰ ਨੇ ਜਲੰਧਰ ਦੇ ਵਿਧਾਇਕ ਸ਼ੀਤਲ ਅਮਗਰਾਲ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੂੰ ਵੀ ਸੁਰੱਖਿਆ ਮੁਹैया ਕਰਵਾ ਦਿੱਤੀ ਹੈ ਕੇਂਦਰ ਸਰਕਾਰ ਨੇ ਰਿੰਕੂ ਅਤੇ ਅੰਗੁਰਾਲ ਨੂੰ Y ਕੈਟਾਗਰੀ ਦੀ ਸੁਰੱਖਿਆ ਮੁਹੱਈਆ ਦਿੱਤੀ ਹੈ ਇਹਨਾਂ ਦੀ ਸੁਰੱਖਿਆ 'ਚ ਹੁਣ CRPF ਦੇ ਜਵਾਨ ਤਾਇਨਾਤ ਰਹਿਣਗੇ ਪੰਜਾਬ ਸਰਕਾਰ ਨੇ ਦੋਵਾਂ ਲੀਡਰਾਂ ਦੀ ਸੁਰੱਖਿਆ 'ਚ ਕਟੌਤੀ ਕਰਨ ਦੇ ਹੁਕਮ ਜਾਰੀ ਕੀਤੇ ਨੇ ਇੱਥੋਂ ਤੱਕ ਕਿ ਸੁਸ਼ੀਲ ਰਿੰਕੂ ਦੀ ਸੁਰੱਖਿਆ 'ਚ ਲੱਗੇ ਪੰਜਾਬ ਪੁਲਿਸ ਦੇ ਪੰਜ ਕਮਾਂਡੋ ਅਤੇ ਇੱਕ ਪਾਇਲਟ ਜਿਪਸੀ ਵਾਪਸ ਬੁਲਾ ਲਈ ਸੀ ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਔਂਗਰਾਲ ਅਤੇ ਜਲੰਧਰ ਲੋਕ ਸਭਾ ਤੋਂ ਆਮ ਆਦਮੀ ਪਾਰਟੀ ਦੇ ਇਕਲੌਤੇ ਐਮਪੀ ਰਹੇ ਸੁਸ਼ੀਲ ਰਿੰਕੂ ਨੇ ਭਾਜਪਾ ਜੁਆਇਨ ਕਰ ਲਈ ਸੀ ਹੁਣ ਭਾਜਪਾ ਨੇ ਰਿੰਕੂ ਨੂੰ ਚੋਣ ਮੈਦਾਨ ਜਲੰਧਰ ਦੇ ਵਿੱਚ ਉਤਾਰਿਆ ਹੋਇਆ ਹੈ VIP ਸੁਰੱਖਿਆ ਚ ਚੌਥੇ ਸਥਾਨ ਤੇ ਆਉਣ ਵਾਲੀ Y ਸ਼੍ਰੇਣੀ ਸਭ ਤੋਂ ਕਾਮਨ ਹੈ ਜ਼ਿਆਦਾਤਰ VIP ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ Y ਕੈਟਾਗਰੀ ਦੀ ਸੁਰੱਖਿਆ ਮੁਹੱਈਆ ਕਰਵਾਈ ਜਾਂਦੀ ਹੈ ਇਸ ਦੇ ਵਿੱਚ ਕੁੱਲ 11 ਜਵਾਨ ਸ਼ਾਮਲ ਹੁੰਦੇ ਐ ਇਸ ਵਿੱਚ ਇੱਕ ਜਾਂ ਦੋ ਕਮਾਂਡੋ ਦੋ PSO ਤੇ ਇੱਕ ਤੇ ਇਸ ਤੋਂ ਇਲਾਵਾ ਵਿਸ਼ੇਸ਼ ਅਰਧ ਸੈਨਿਕ ਬਲਾਂ ਦੇ ਜਵਾਨ ਜਨਕਿ CRPF ਦੇ ਜਵਾਨ ਸ਼ਾਮਲ ਹੁੰਦੇ ਨੇ ਫਰੋਜ਼ਪੁਰ ਦੀ ਗੁਰੂ ਹਰ ਸਹਾਏ ਪੁਲਿਸ ਨੇ ਅੰਗਰੇਜ਼ੀ ਸ਼ਰਾਬ ਦੇ ਭਰੇ ਦੋ ਟਰੱਕ ਫੜੇ ਆ ਜੋ ਕਿ ਪੰਜਾਬ ਤੋਂ ਕਿਸੇ ਹੋਰ ਸੂਬੇ ਦੇ ਲਈ ਜਾ ਰਹੇ ਸਨ ਸੂਤਰਾਂ ਦੇ ਅਨੁਸਾਰ ਇਹਨਾਂ ਦੇ ਵਿੱਚੋਂ 900 ਪੇਟੀਆਂ ਵੱਖ-ਵੱਖ ਮਾਰਕਾ ਦੀ ਅੰਗਰੇਜ਼ੀ ਸ਼ਰਾਬ ਅਤੇ 500 ਪੇਟੀ ਬੀਅਰ ਦੀ ਬਰਾਮਦ ਹੋਈ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੰਜਾਬ ਦੇ ਵਿੱਚ ਚੋਣਾ 1 ਜੂਨ ਨੂੰ ਹੋਣੀਆਂ ਨੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ ਚੋਣ ਜ਼ਾਬਤਾ ਲੱਗਾ ਹੋਣ ਕਰਕੇ ਸੂਬੇ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਪੈਰਾ ਮਿਲਟਰੀ ਫੋਰਸ ਵੀ ਤੈਨਾਤ ਹੈ ਅਜਿਹੇ ਦੇ ਵਿੱਚ ਸ਼ਰਾਬ ਦੇ ਨਾਲ ਭਰੇ ਦੋ ਟਰੱਕ ਫੜ ਜਾਣਾ ਬਹੁਤ ਵੱਡੀ ਖਬਰ ਹੈ ਅੱਜ 2 ਅਪ੍ਰੈਲ ਨੂੰ ਸ਼ੰਭੂ ਮੋਰਚੇ ਵੱਲੋਂ ਸ਼ਹੀਦ ਸ਼ੁਭਕਰਨ ਸਿੰਘ ਦੀ ਕਲਸ਼ ਯਾਤਰਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕੇਰਲਾ ਤਾਮਿਲਨਾਡੂ ਪੰਡੂਚੇਰੀ ਦੇ ਲਈ ਤਿੰਨ ਕਲਸ਼ ਰਵਾਨਾ ਕੀਤੇ ਗਏ ਨੇ ਜਿਸ ਦੇ ਵਿੱਚ ਕਲਸ਼ ਯਾਤਰਾ ਚੰਡੀਗੜ੍ਹ ਤੋਂ ਦਿੱਲੀ ਹਵਾਈ ਅੱਡੇ ਦੇ ਰਾਹੀਂ ਦੱਖਣੀ ਭਾਰਤ ਲਈ ਰਵਾਨਾ ਕੀਤੀ ਗਈ ਹੈ ਕਲਸ਼ ਯਾਤਰਾ ਦਾ ਇਹ ਦੂਸਰਾ ਪੜਾਅ ਸ਼ੁਰੂ ਹੋਇਆ ਪਹਿਲਾ ਗੇਟ ਜਿਹੜਾ ਹੈ ਉਹ ਅੰਮਾਲਾ ਚ ਖਤਮ ਹੋ ਗਿਆ ਸੀ ਮੰਡੀਆਂ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਭਰੀ ਗਈ ਹਾਮੀ ਦੇ ਖਿਲਾਫ ਕਿਸਾਨ ਨਿਤਰਾਏ ਨੇ ਪੰਜਾਬ ਸਰਕਾਰ ਦਾ ਹੁਣ ਵਿਰੋਧ ਸ਼ੁਰੂ ਹੋ ਗਿਆ ਹੈ 7 April ਨੂੰ ਪੂਰੇ ਦੇਸ਼ ਦੇ ਅੰਦਰ ਭਾਜਪਾ ਦੇ ਪੁਤਲੇ ਫੁਕੇ ਜਾਣਗੇ 9 April ਨੂੰ ਸ਼ੰਭੂ ਚ ਰੇਲਵੇ ਟਰੈਕ ਤੇ ਜਾਮ ਕੀਤਾ ਜਾਵੇਗਾ ਪੰਜਾਬ ਦੇ ਵਿੱਚ ਮਾਨ ਸਰਕਾਰ ਦੇ ਨਾਲ ਨਾਲ ਹਰਿਆਣਾ ਚ ਸੈਨੀ ਸਰਕਾਰ ਖਿਲਾਵੀ ਸ਼ਹਿਰਾਂ ਦੇ ਵਿੱਚ ਮਾਰਚ ਕੱਢੇ ਜਾਣਗੇ ਦਰਅਸਲ ਪੰਜਾਬ ਸਰਕਾਰ ਨੇ ਬੀਤੇ ਦਿਨੀ 26 ਜਿਹੜੀਆਂ ਮੰਡੀਆਂ ਉਸ ਨੂੰ ਖਤਮ ਕੀਤਾ ਇਹ ਦਾਵਾ ਕੀਤਾ ਜਾ ਰਿਹਾ ਪੰਜਾਬੀ ਗਾਇਕ ਸਾਹਿਲ ਸ਼ਾਹ ਦੇ ਘਰ ਤੇ ਅਣਪਛਾਤੇਆਂ ਨੇ ਹਮਲਾ ਕੀਤਾ ਹੈ ਸਾਹਿਲ ਸ਼ਾ ਜਲੰਧਰ ਦੇ ਬੂਟਾ ਮੰਡੀ 'ਚ ਰਹਿੰਦੇ ਨੇ। ਉਹਨਾਂ ਦੇ ਘਰ ਤੇ ਕੁਝ ਬਦਮਾਸ਼ਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ। ਜਾਣਕਾਰੀ ਮਿਲੀ ਹੈ ਕਿ ਸਾਹਿਲ ਨੂੰ ਕੁਝ ਦਿਨਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਵਿਦੇਸ਼ੀ ਨੰਬਰਾਂ ਤੋਂ ਫੋਨ ਕਰ ਗੈਂਗਸਟਰ ਉਸਤੇ ਆਪਣੇ ਨਾਲ ਕੰਮ ਕਰਨ ਦੇ ਲਈ ਦਬਾਅ ਪਾ ਰਹੇ ਨੇ। ਸਾਹਿਲ ਨੇ ਦੱਸਿਆ ਕਿ ਜਦੋਂ ਇਹ ਹਾਸਾ ਵਾਪਰਿਆ ਤਾਂ ਉਹ ਕਿਸੇ ਪ੍ਰੋਗਰਾਮ ਦੇ ਲਈ ਚੰਡੀਗੜ੍ਹ ਦੇ ਵਿੱਚ ਪਹੁੰਚਿਆ ਹੋਇਆ ਸੀ ਤੇ ਜਦੋਂ ਵਾਪਸ ਘਰ ਆਉਂਦਾ ਤਾਂ ਦਿਖਦਾ ਕਿ ਘਰ ਦੇ ਦਰਵਾਜ਼ੇ ਤੇ ਗੋਲੀਆਂ ਦੇ ਨਿਸ਼ਾਨ ਲਏ। ਇਸ ਤੋਂ ਇਲਾਵਾ ਕੁਝ ਖੋਲ ਵੀ ਬਰਾਂਦ ਕੀਤੇ ਗਏ। ਜਿਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ। ਫਿਲਹ ਪਰਿਵਾਰ ਇਸ ਦਾ ਸਦਮੇ ਦੇ ਵਿੱਚ ਹੈ ਪਟਿਆਲਾ ਦੇ ਵਿੱਚ 10 ਸਾਲਾਂ ਬੱਚੀ ਮਾਨਵੀ ਦੀ ਆਪਣੇ ਹੀ ਜਨਮ ਦਿਨ ਤੇ ਕੇਕ ਖਾਣ ਦੇ ਕਾਰਨ ਹੋਈ ਮੌਤ ਦੀ ਪੁਲਿਸ ਜਾਂਚ ਕਰ ਰਹੀ ਹੈ ਤੇ ਹੁਣ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਇਹ ਗੱਲ ਆਈ ਹੈ ਸਾਹਮਣੇ ਕਿ ਮੁਲਜ਼ਮ ਬੇਕਰੀ ਵਾਲੇ ਤਾਜ਼ਾ ਕੇਕ ਨਹੀਂ ਵੇਚਦੇ ਸਨ ਬੇਕਰੀ ਵਾਲੇ ਪਹਿਲਾਂ ਹੀ 30 ਤੋਂ 40 ਕੇਕ ਬਣਾ ਕੇ ਇਸ ਨੂੰ ਫ੍ਰਿਜ ਚ ਰੱਖ ਲੈਂਦੇ ਸੀ ਪਰ ਜਦੋਂ ਫਿਰ ਜਦੋਂ ਇਸ ਕੋਈ ਆਨਲਾਈਨ ਆਰਡਰ ਮਿਲਦਾ ਸੀ ਤਾਂ ਰੱਖੇ ਹੋਏ ਕੇਕ ਨੂੰ ਹੀ ਡੈਕੋਰੇਟ ਕਰਕੇ ਲੋਕਾਂ ਨੂੰ ਭੇਜ ਦਿੱਤੇ ਜਾਂਦੇ ਸਨ ਇੰਨਾ ਹੀ ਨਹੀਂ ਇਸ ਦੌਰਾਨ ਇਹ ਵੀ ਚੈੱਕ ਨਹੀਂ ਕੀਤਾ ਜਾਂਦਾ ਸੀ ਕਿ ਕੇਕ ਖਰਾਬ ਤਾਂ ਨਹੀਂ ਹੋਇਆ ਜਾਂ ਫਿਰ ਇਸ ਦੇ ਵਿੱਚ ਕਿਹੜੀਆਂ ਚੀਜ਼ਾਂ ਦੀ ਵਰਤੋਂ ਕੀਤੀ ਗਈ ਹੈ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਤੇ ਇਹ ਗੱਲ ਸਾਹਮਣੇ ਆਈ ਹੈ 2 ਵਜੇ ਦੀਆਂ ਖਬਰਾਂ ਜਨਾਹ ਹੀ ਮਿੰਦਿਓ ਇਜਾਜ਼ਤ ਤਨਵਾ